ah, non les moqueurs, d'accord. Pas moqueurs, mais ça aime. بسم الله الرحمن الرحيم مهربان رحمان رحيم كريم الله باني مجلس حاضرين مجلس جتنے مومنین مومنات دربار بطول چاہیو بہت بڑی دعا پہ مقدام ما حسین دی ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰ ਮੈਂ ਸਮਝ ਵੜਿਆ ਸਿਰਾਂ 'ਤੇ ਨਾਜ਼ ਕਰਨੇ ਹਾਂ ਕਸਮ ਰਸੂਲ ਦੇ ਪੁੱਤਰਾਂ ਦੀ ਮੈਨੂੰ ਆਪਣੀ ਗਰੀਬੀ ਯਾਦ ਏ ਹੁਸੈਨ ਦੀ ਕਰੀਮੀ ਯਾਦ ਜਦੋਂ ਮੈਂ ਜ਼ਾਕਰ ਬਣਿਆ ਉਸ ਮੇਰਾ ਆਪਣਾ ਘਰ ਹੀ ਕੋਈ ਨਹੀਂ ਮੈਂ ਕਿਸੇ ਦੇ ਘਰ 'ਚ ਰਹਿੰਦਾ ਸੀ ਮੇਰੇ ਮਾਂ ਪਿਓ ਦੀ ਗੁਰਬਤ ਅਤੇ ਭੈਣ ਅਤੇ ਬਿਰਾਵਾਂ ਨੂੰ ਤਰਸ ਆਇਆ ਉਹਨਾਂ ਇੰਝ ਵਸਾਇਆ ਜੋ ਮੇਰੀ ਨਸਲ ਯਾਦ ਰੱਖ ਸੀ ਯਾਦ ਰੱਖੋ ਜਿਹੜਾ ਬੰਦਾ ਇਹਨਾਂ ਭੈਣ ਬਿਰਾਵਾਂ ਨੂੰ ਭੁੱਲ ਗਿਆ ਉਹ ਰੁੱਟ ਗਿਆ ਮੇਰੇ ਭਾਈ ਮਲਕ ਮੁਰੀਦ ਪਹਿਲਵਾਨ ਦੀ ਮਿਹਨਤ ਉਹਦੇ ਬੱਚਿਆਂ ਦੀ ਭਾਈਆਂ ਦੀ ਮੁਹੰਮਦ ਦੀ ਧੀ ਕਬੂਲ ਵਕਤ ਇਜਾਜ਼ਤ ਨਹੀਂ ਦਿੰਦਾ ਇਤਨਾ ਪਿਆਰ ਜਾਂ ਇਤਨਾ ਤਾਲੁਕ ਹੈ ਮੈਂ ਸਿਆਲਕੋਟ ਤੋਂ ਚੱਲਿਆ ਹਾਲਾਤ ਅੱਜ ਸ਼ਹਿਰ ਦੇ ਐਸੇ ਹਨ ਜਾ ਜਾ ਤੇ ਨਾਕੇ ਹਨ ਬੜੇ ਮੁਸ਼ਕਲ ਨਾਲ ਪਹੁੰਚੇ ਬਸ ਹੁਣ ਜਿਹੜਾ ਵਕਤ ਹੈ ਮੈਂ ਸਲਵਾਤ ਬਾਬਾ ਜ਼ੇ ਬੁਲੰਦ ਅੱਲਾਹੁਮਾ ਸੱਲੇ ਅਲਾ ਮੁਹੰਮਦ ਮਾਸੂਮ ਫਰਮਾਉਂਦੇ ਨੇ ਬੰਦਾ ਬਦਬਖਤ ਹੈ ਜਿਹੜਾ ਸਾਡੇ ਖਾਨਦਾਨ ਤੇ ਕੰਜੂਸੀ ਨਾਲ ਸਲਵਾਤ ਪੜ੍ਹਦਾ ਅੱਲਾਹੁਮਾ ਸੱਲੇ ਅਲਾ ਮੁਹੰਮਦ ਖੁਦਾਏ ਸੁਖਨ ਮੀਰ ਬਬਰ ਅਲੀ ਅਨੀਸ ਬਾਰਗਾਹ ਤੌਹੀਦ ਵਿੱਚ ਅੱਲਾ ਨੂੰ ਵਾਸਤਾ ਦੇ ਕੇ ਦੁਆ ਪੈ ਮੰਗ ਬਾ ਇੰਤਜ਼ਾਰ ਨਾ ਕਰਵਾ ਸਕ ਮੇਰੇ ਬਾਅਦ ਵਾਰਸ ਜ਼ਮਾਨਾ ਬਹੁ ਇੱਜ਼ਤ ਅਤਾ ਕਰੇ ਸੈਦ ਫਰਹਾਨ ਅਲੀ ਵਾਰਸ ਮੁਹੰਮਦ ਦੀ ਧੀ ਔਰ ਹੋਰ ਅਸਰ ਦੇਵੇ ਇੱਜ਼ਤ ਦੇਵੇ ਤੋ ਮੈਂ ਚਾਹੁੰਦਾ ਇੱਕ ਸ਼ੇਰ ਜਨਾਬ ਅਨੀਸ ਦਾ ਕਿਹੜੇ ਰੰਗ ਵਿੱਚ ਅੱਲਾ ਪਾਕ ਨੂੰ ਵਾਸਤਾ ਦਿੱਤਾ ਹੈ ਅਤੇ ਦੁਆ ਮੰਗ ਰਿਹਾ ਸੁਣਾਵਾਂ ਜੀ ਜ਼ਿਹਨ ਤਿਆਰ ਹੋ ਖੁਦਾਏ ਸੁਖਨ ਯਾਨੀ ਰੱਬੁਲ ਕਲਾਮ ਬਾਰਗਾਹ ਤੌਹੀਦ ਵਿੱਚ ਮਾਲਿਕ ਨੂੰ ਮੀਰ ਅਨੀਸ ਵਾਸਤਾ ਦੇ ਕੇ ਪਿਆ ਦੇਣ ਯਾ ਰੱਬ ਕਸਮ ਰੂਹੇ ਯਦੁੱਲਾ ਹੈ ਤੁਝੇ ਯਾ ਰੱਬ ਕਸਮ ਰੂਹੇ ਯਦੁੱਲਾ ਹੈ ਤੁਝੇ ਇਸ ਹਾਥ ਕੋ ਇਸ ਹਾਥ ਕਾ ਮੁਹਤਾਜ ਨਾ ਕਰ ਅੱਲਾ ਤੁਹਾਡੀ ਜ਼ਿੰਦਗੀ ਦਰਾਜ ਮੇਰਾ ਖਿਆਲ ਇੱਕ ਸ਼ੇਰ ਕਸੀਦੇ ਦਾ ਪੜ੍ਹ ਲਈਏ ਤਾਂ ਕਿ ਮਜਲਿਸ ਮੁਕੰਮਲ ਇੱਕ ਜੁਮਲਾ ਮਸਾ ਸਲਵਾਤ ਬਾ ਜਮਾਤ ਲਹਮਾ ਪੜ੍ਹਦੇ ਹਾਜ਼ਰ ਠੀਕ ਹੈ ਜੀ ਸਲਵਾਤ ਸਾਰੇ ਪੜ੍ਹੋ ਮੇਰੇ ਮੁਰਸ਼ਦ ਹੁਸੈਨ ਦੀ ਜ਼ਾਤ ਅੱਲਾਹੁਮਾ ਸੱਲੇ ਅਲਾ ਕਸੀਦਾ ਮੈਂ ਤੁਹਾਨੂੰ
ਇੱਕ ਸ਼ੇਰ ਅਮੀਰ ਕਾਇਨਾਤ ਦੇ ਅਮੀਰ ਪੁੱਤਰ ਦੀ ਸ਼ਾਨ ਦਾ ਸੁਣਾ ਸਲਵਾਤ ਸਾਰੇ ਪੜ੍ਹੋ ਮੁਹੰਮਦ ਵਾਲੇ ਮੁਹੰਮਦ ਦੇ ਦਾਦੇ ਅੱਲਾਹੁਮਾ ਸੱਲਿ ਅਲਾ ਮੁਹੰਮਦ ਓ ਈਦ ਹੈ ਖੁਲਦ ਕੀ ਵਾਦੀਆਂ ਮੇ ਹਰ ਤਰਫ ਨੂਰ ਸਾਛਾ ਗਿਆ ਹੈ ਈਦ ਹੈ ਖੁਲਦ ਕੀ ਵਾਦੀਆਂ ਮੇਂ ਹਰ ਤਰਫ ਨੂਰ ਸਾਛਾ ਗਿਆ ਹੈ ਹਰ ਤਰਫ ਨੂਰ ਸਾਛਾ ਗਿਆ ਹੈ ਸੇਨ ਜ਼ਹਰਾ ਮੇਂ ਇਮਰਾਨ ਬਨ ਕਰ ਅਲੈਹ ਸਲਾਮ ਆਜ ਮੌਲਾ ਹਸਨ ਆ ਗਿਆ ਹੈ ਬੜਾ ਮਜਮਾ ਹੈ ਤੁਸੀਂ ਮੈਨੂੰ ਪੇਵੇ ਦਿਓ ਮੈਂ ਤੁਹਾਨੂੰ ਪੇਵੇ ਦਿਓ ਯਾ ਅਲੀ ਸ਼ੇਰ ਮੈਂ ਪੜ੍ਹਨ ਲੱਗਾ ਜਿਤਨਾ ਤੁਹਾਨੂੰ ਮਾਵਾਂ ਨਾਦੀ ਅਲੀ ਪੜ੍ਹ ਕੇ ਦੁੱਧ ਪਿਵਾਇਆ ਨੇ ਪੂਰੀ ਤਾਕਤ ਆਪਣੀ ਬਾਡੀ 'ਚ ਇਕੱਠੀ ਕਰੋ ਇੰਝ ਬੋਲਣਾ ਹੈ ਜ਼ਾਕਰ ਨਾ ਆਖੇ ਜੋ ਮੇਰੇ ਬੈਠੇ ਮੌਲਾ ਅਲੀ ਫਰਮਾਵੇ ਜੋ ਮੇਰੇ ਬੈਠੇ ਬੇਕਦਰਿਆਂ ਲੋਕ ਨਹੀਂ ਪਿਆ ਪੜਦਾ ਜ਼ੈਨ ਤਿਆਰ ਹੋਏ ਜਸ਼ਨ ਅਸਨ ਹੈ ਆਜ ਕਾ ਉਨਵਾਨ ਦੋਸਤੋ ਸੁਭਾਨ ਜ਼ਹਿਨ ਤਿਆਰ ਹੋਣ ਬਾਈ ਜਸ਼ਨ ਅਸਨ ਹੈ ਆਜ ਕਾ ਉਨਵਾਨ ਦੋਸਤੋ ਜਸ਼ਨ ਹਸਨ ਹੈ ਆਜ ਕਾ ਉਨਵਾਨ ਦੋਸਤੋ ਕੁਰਾਨ ਕੀ ਹੈ ਗੋਦ ਮੇਂ ਕੁਰਾਨ ਦੋਸਤੋ ਮੁਹੰਮਦੀ ਮੈਂ ਹੈ ਵਜਦਾਨ ਦੋਸਤੋ ਤਿਆਰੀ ਕਰ ਲਓ ਬਾਈ ਬੋਲਣਾ ਇੰਜ ਜਿਵੇਂ ਮਾਲਕ ਚਾਹੁੰਦੇ ਨੇ ਕਰ ਲੋ ਸਭੀ ਬਹਿਸ਼ਤ ਕਾ ਸਾਮਾਨ ਦੋਸਤੋ ਕਰ ਲੋ ਸਭੀ ਬਹਿਸ਼ਤ ਕਾ ਸਾਮਾਨ ਫਿਰ ਆਖੋ ਫਿਰ ਆਖੋ ਜ਼ਹਿਨ ਤਿਆਰ ਹੋਵੇ ਬਾਈ ਦੁੱਧ ਦਾ ਹੱਕ ਅਦਾ ਕਰਨਾ ਹੈ ਜਸ਼ਨ ਹਸਨ ਆਲੇ ਮੁਹੰਮਦ ਕੀ ਖੁਸ਼ ਨਹੀਂ ਆਇਆ ਜੋ ਬੰਦਾ ਯਜ਼ੀਦ ਹੈ ਯਾ ਅਲੀ ਮੁਹੰਮਦ ਦੀਦੀ ਤੁਹਾਨੂੰ ਵਸਦਾ ਰੱਖੇ ਭਾਈ ਦਾ ਹੁਕਮ ਹੈ ਹੁਕਮ ਦੀ ਤਾਮੀ ਓਮ ਸਬੋ ਸ਼ਾਮ ਵਿਰਦ ਅਲੀ ਅਲੀ ਤੂੰ ਪਕਾ ਲੈ ਦੋਸਤਾ ਦੁੱਖਾਂ ਦੀ ਦਵਾ ਮੈਨੂੰ ਐਸੀਆ ਫਜ਼ਾਇਲ ਖਤਮ ਸੁਬੋ ਸ਼ਾਮ ਵਿਰਦ ਅਲੀ ਅਲੀ ਤੂੰ ਪਕਾ ਲੈ ਦੋਸਤਾ ਦੁੱਖਾਂ ਦੀ ਦਵਾ ਅਲੀ ਤੂੰ ਬਕਾ ਲੈ ਦੋਸਤਾ ਦੁੱਖਾਂ ਦੀ ਦਵਾ ਮਿਲਵਾਸੀਆ ਜ਼ੈਨਬ ਦੇ ਵੀਰ ਦੀ ਘਰ ਵਿੱਚ ਫੂਲ ਚਾ ਵਿਛਾ ਜ਼ਹਰਾ ਦੀ ਦੁਆ ਮਿਲ
ਤੁਹਾਡੀਆਂ ਨਸਲਾਂ ਤੇ ਹੁਸੈਨ ਦਾ ਘਰ ਵਿੱਚ ਪੂਰੀ ਜਾ ਵਿਜਾ ਜਹਰਾ ਦੀ ਦੁਆ ਮਿਲਵੈ ਸਿਆ ਜ਼ੈਨਬ ਦੇਵੀ ਹੱਥ ਨੇ ਜੋੜੀਆਂ ਫੈਲਾਓ ਘਰ ਵਿੱਚ ਪੂਰੀ ਜਾ ਮੋਮਨੀਨ ਮੋਮਨਾਤ ਪਰ ਵਾਸਤੇ ਵੱਡੀ ਦੁਆ ਮੰਗਣ ਲਗਾ ਮਿਲਵੈ ਸਿਆ ਜ਼ੈਨਬ ਦੇਵੀ ਮੇਰਾ ਮਿਹਰਬਾਨ ਰਹਿਮਾਨ ਰਹੀਮ ਕਰੀਮ ਅੱਲਾ ਖਜ਼ਾਨੇ ਚ ਕਮੀ ਕੋਈ ਨਹੀਂ ਘਰ ਵਿੱਚ ਜਿਹੜੇ ਲੋਕ 1400 ਸਾਲ ਦੇ ਬਾਅਦ ਧੀਆਂ ਨੂੰ ਨਾਲ ਰਲਾ ਕੇ ਪੁੱਛਦੇ ਵਧੇ ਆਉਂਦੇ ਜੋ ਸਹਿਣ ਦੀ ਮਜਲਸ ਕਿੱਥ ਇਹਨਾਂ ਲੋਕਾਂ ਨੂੰ ਇਤਨਾ ਰਿਸਕ ਦੇ ਕੱਲੇ ਨਹੀਂ ਜੀਆਂ ਨੂੰ ਨਾ ਰਲਾ ਕੇ ਉਸ ਬਾਜ਼ਾਰ ਚ ਗੁਜ਼ਰਨ ਜਿੱਥੇ ਜ਼ੈਨਬ ਬਹਿ ਕੇ ਟੁਰ ਨੌਕਰ ਨੌਕਰ ਮਿਲਵੈ ਸਿਆ ਜ਼ੈਨਬ ਦੇਵੀ ਆਮੀਨ ਆਖੋ ਘਰ ਵਿੱਚ ਭੁੱਲ ਜਾ ਵਿਜਾ ਕਰਾਂ ਜ਼ੈਨਬ ਦੇਵੀ ਦੀ ਘਰ ਵਿੱਚ ਭੁੱਲ ਜਾ ਵਿਜਾ ਜ਼ਹਰਾ ਦੀ ਦੁਆ ਹੁਸੈਨ ਦਾ ਮੋਹਰ ਆਲਾ ਜਾ ਕੇ ਰਾਂ ਪੂਰੀ ਜ਼ਿੰਦਗੀ ਬੱਦੇ ਅੰਤੀ ਮੌਲਾ ਦੇ ਜ਼ਿਕਰ ਚਲੇ ਕੀਤੀ ਘਰ ਵਿੱਚ ਭੁੱਲ ਜਾ ਵਿਜਾ ਜ਼ਹਰਾ ਦੀ ਦੁਆ ਮਿਲਵੈ ਇਸ ਸਾਲ ਤਨ ਜ਼ਿਆਰਤ ਕਬਰੇ ਹੁਸੈਨ ਨਸੀਬ ਹੋ ਸੀ ਮੋਮਨੀਨ ਮੋਮਨ ਜਦਾਂ ਅਕਬਰ ਦਾ ਬਾਬਾ ਬੁਲਾਵੀ ਆਪਣੀ ਮਰਜ਼ੀ ਨਾਲ ਲੇਕਿਨ ਜਦਾ ਸ਼ਾਮ ਦੀ ਥੱਕੀ ਹੋਈ ਬੁਲਾਵੀ ਮੇਰੀ ਗੁਜ਼ਾਰਿਸ਼ ਤੇ ਅਮਲ ਕਰੇ ਜਲਦੀ ਨਾ ਕਰੇ ਅਗਰ ਕੋਈ ਧੀ ਆਈ ਤਾਂ ਨਾਲ ਲੈ ਜ਼ੈਨਬ ਦੇਵੀ ਦੀ ਅਗਰ ਕੋਈ ਭੇਣ ਆਈ ਭੁੱਲ ਜਾ ਵਿਜਾ ਜ਼ਹਰਾ ਦੀ ਦੁਆ ਮਿਲਵੈ ਨਾਲ ਲੈ ਵੰਜੇ ਜਦੋਂ ਸ਼ਾਮ ਦੇ ਸਦਰ ਬਾਜ਼ਾਰ ਚੂ ਲਗਜੇ ਤੈਨੂੰ ਸੱਜਾ ਦੀ ਗੈਰਤ ਦਾ ਪਤਾ ਲੱਗਜੇ ਜ਼ੈਨਬ ਦੇਵੀ ਦੀ ਘਰ ਵਿੱਚ ਭੁੱਲ ਜਾ ਵਿਜਾ ਜ਼ਹਰਾ ਦੀ ਦੁਆ ਮਿਲਵੈ ਪੰਜੀ ਮਰਤਬਾ ਦਜ਼ਾਰਾਂ ਭੇਣ ਭਰਿਆ ਮੰਦ ਘਰ ਵਿੱਚ ਭੁੱਲ ਜਾ ਵਿਜਾ 14 ਮਾਸੂਮਾਂ ਦਾ ਜ਼ਵਾਰ ਦੀ ਦੁਆ ਮਿਲਵੈ ਜ਼ਿਆ ਜ਼ੈਨਬ ਦੇਵੀ ਘਰ ਵਿੱਚ ਭੁੱਲ ਜਾ ਵਿਜਾ ਜਿਸ ਭੈਣ ਦਾ ਬਿਰਾ ਕੋਈ ਨਹੀਂ ਦੁਆ ਮੰਗੀ ਕਰੋ ਬਿਰਾ 5 ਸਾਲ ਦਾ ਹੋਏ ਤਾਂ ਵੀ ਭੈਣਾਂ ਨੂੰ ਵੱਡਾ ਮਾਣ ਜ਼ਹਰਾ ਦੀ ਦੁਆ ਮਿਲਵੈ ਮੁਲਤਾਨ ਵਾਲਿਓ ਜਿਸ ਭੈਣ ਦਾ ਬਿਰਾ ਕੋਈ ਨਹੀਂ ਮੁਸਲਮਾਨਾ ਉਹਨੂੰ ਘਰ ਵੱਜ ਮਾਰਿਆ ਜਿਸ ਭੈਣ ਦੇ 18 ਬਿਰਾ ਨੂੰ ਬਾਜ਼ਾਰ ਬੁਲਾ ਕੇ ਮਾਰ ਦੇਵੀ ਜ਼ਿੰਦਗੀ ਹਰ ਵਿੱਚ ਭੁੱਲ ਜਾ ਵਿਜਾ ਜ਼ਹਰਾ ਦੀ ਮਦਦ ਕਰਾਏ ਜੋ ਹਜੂ ਆ ਵਜਨ ਕੋਈ ਹਸਰਤ ਜ਼ਾਕਰੀ ਦੀ ਬਾਕੀ ਨਹੀਂ ਇੱਕੋ ਹਸਰਤ ਕਿ ਮੈਂ ਭੈਣ ਤੇ ਬਿਰਾਵਾਂ ਨੂੰ ਇਤਨਾ ਰੋਵਾਂ ਜ਼ਹਰਾ ਦੀ ਦੁਆ ਜ਼ੈਨਬ ਦੇਵੀ ਦੀ ਘਰ ਵਿੱਚ ਭੁੱਲ ਜਾ ਵਿਜਾ ਸੰਸਤਾਂ ਨੂੰ ਪਹਿਲੀ ਮਰਤਬਾ ਮੈਂ ਸ਼ਾਮ ਗਿਆ ਵੈਸੀਆ
ਸਾਡੇ ਕਾਫਲੇ ਨਾਲ 14 ਸੈਯਦਾਦੀ ਇੱਕ ਛੋਟੀ ਸੈਯਦਾਦੀ ਮਾਂ ਦੇ ਦਾਮਨ ਚੱਤ ਪਾ ਗਿਆ ਦੀ ਅੰਮਾ ਜਲਦੀ ਟੁਰੋ ਭੀੜ ਵੱਧਦੀ ਅੰਮਾ ਜਲਦੀ ਟੁਰੋ ਪੂਰਾ ਇਲਾਕਾ ਮੌਲਾ ਦਾ ਦਵਾਰ ਜਿਹੜੇ ਨਹੀਂ ਗਏ ਮਲਕਾ ਸ਼ਾਮ ਬੁਲਾ ਸੈਯਦ ਜ਼ਮਾਨ ਦਰਸ਼ਾਦ ਸਾਲਾਰੇ ਕਾਫਲਾ ਮੌਲਾ ਦਰਜਾ ਬੁਲਾ ਜ਼ੈਨਬ ਦੇਵੀ ਵਾਦੀ ਸਲਾਮ ਅਲਾਮਾ ਸੈਯਦ ਸਾਜਦ ਤਕਵੀ ਮੁਫੱਸਲ ਕੁਰਾਨ ਉਹ ਨਾਲਨ ਬਾਜ਼ਾਰ ਦਾਖਲ ਹੋਇਆ ਪੂਰੇ 11 ਮਿੰਟ ਲੱਗੇ ਬਾਜ਼ਾਰ ਅਬੂਰ ਕਰੇਂਗੇ ਬਾਜ਼ਾਰ ਨੂੰ ਕਹੇ ਅਲਾਮਾ ਸਾਜਦ ਤਕਵੀ ਦੇ ਹੰਝੂ ਡਿੱਠ ਕਿਬਲਾ ਮੈਂ ਪਹਿਲੀ ਮਰਤਬਾ ਆਇਆ ਪੂਰੇ ਬਾਜ਼ਾਰ ਚ ਰੁਨੇ ਨਹੀਂ ਹੁਣ ਬਾਜ਼ਾਰ ਮੁੱਕ ਗਈ ਐ ਰੋਂਦੇ ਕਿਉਂ ਹੋ ਫਰਮਾਇਆ ਜਾਫਰ ਤਿਆਰ ਜਿਸ ਬਾਜ਼ਾਰ ਤੂੰ 11 ਮਿੰਟਾਂ ਚ ਲੰਘ ਆਇਓ ਇਸੇ ਬਾਜ਼ਾਰ ਚ ਜ਼ੈਨਬ ਦੇ 45 ਘੰਟੇ ਲੱਗੇ ਕਰ ਲਓ ਮਾਤਮ ਸਾਡੇ ਮੈਂ ਨੌਕਰਾਂ ਜਵਾਨੀਆਂ ਸੀ ਆ ਮੇਰਾ ਮੌਲਾ ਇਹਨਾਂ ਨੂੰ ਤੜਪ ਦਿਆ ਵੇਖ ਗਲਤ ਬਿਆਨੀ ਕਰਾਂ ਮੁਹੰਮਦ ਮੱਥੇ ਨਾ ਲਾਵੇ ਮੇਰੇ ਦੋਸਤਾਂ ਨੂੰ ਫਿਆਜ ਕਰਬਲਾਈ ਮਾਂ ਪਿਓ ਭੈਣਾਂ ਬਿਰਾ ਪੂਰਾ ਖਾਨਦਾਨ ਵਹਾਬੀ ਪੂਰੇ ਖਾਨਦਾਨ ਤੂੰ ਪਹਿਲਾ ਬੰਦਾ ਈ ਜਿਹੜਾ ਹੁਸੈਨ ਦਾ ਮਾਤਮੀ ਮੈਨੂੰ ਆਦੇ ਜਾਫਰ ਤਿਆਰ ਮੈਂ ਕਚਹਿਰੀਆਂ ਚੋਂ ਲੱਗਦਾ ਪਿਆ ਇਸ ਪੁਲਿਸ ਦੇ ਬੰਦੇ ਇੱਕ ਔਰਤ ਨੂੰ ਅਦਾਲਤ ਚ ਲੈ ਕੇ ਜਾ ਰਹੇ ਆਦਾ ਮੈਂ ਨਵਾਸ਼ੀ ਹੋਇਆ ਮੈਂ ਪੁੱਛਿਆ ਕਿਉਂ ਲਈ ਬੈਂਦੇ ਹੋ ਸਿਪਾਹੀ ਆਦਨ ਮੁਜਰਮ ਕਰਬਲਾ ਯਾਦ ਹੈ ਮੁਜਰਮ ਜੋ ਹੈ ਇਹਨੂੰ ਅਟਕੜੀਆਂ ਕਿਉਂ ਨਹੀਂ ਨੇ ਪਵਾਈਆਂ ਸਿਪਾਹੀ ਯਾਦ ਹੈ ਗੌਰ ਮਿੰਟ ਦੀ ਮਨਾ ਹੈ ਤੋੜੇ ਜਿਹੜੀ ਮੁਜਰਮ ਹੋਵੇ ਜਿਤਨੀ ਮੁਜਰਮ ਹੋਏ ਕਾਨੂੰਨ ਦੀ ਮਨੇ ਔਰਤ ਨੂੰ ਕੜੀਆਂ ਲੱਭੋ ਮੂੰਹ ਤੇ ਪਿੱਟ ਕੇ ਆ ਦੇ ਅਲੀ ਦੀਆਂ ਦੀਆਂ ਦਾ ਜੁਰਮ ਦੱਸ ਜਿਹੜੇ ਗਲੀਆਂ ਚ ਬਹਿ ਕੇ ਸੁਣਦੇ ਪਏ ਹੋ ਨਾ ਇਹ ਕੋਈ ਨਵਾਂ ਕੰਮ ਨਹੀਂ ਇਹ ਪਹਿਲੀ ਮਜਲਸ ਹੀ ਮਲਕਾ ਸ਼ਾਮ ਬਾਜ਼ਾਰ ਵਿੱਚ ਪੜੀ ਜਿਹੜੇ ਨਹੀਂ ਗਏ ਤੁਹਾਨੂੰ ਬੀਬੀ ਬੁਲਾਵੇ
जितने मुकानियों आदा पिया मार मार के थक पैर नील थे तभे लुटी औखी दुआ मंग लो मुश्कर तरीन दुआ मंग लो जड़ी कबूल ना होंदी पई छे कातल मेरे इमाम नु मारन गए हालत वे दिन वाला पिछले सादा दे क्यों ने मरें दे हुन ते लड़न दे काबिल नहीं रे कोई कातल आ दे ला लानत करी तू आ दे बागी नु मार जद मैं मारन वे ना कदी मोहम्मद जुल्फा पिया कोई ऐसे जद मैं मरन वैना कदी अली प्यार पिया कर ए बागी तो नहीं इत मोहम्मद घर बर्बाद पिया करें मलक मुरीद एक सत्तर अजमा साहब दी मैं पढ़नी जितने बंदे बैठे हो या मेरियां धीयां मामा भैणा कोई जवान ना बोले कोई जवान मिन्नत पे कर दें जेड़े बुजुर्ग बैठे हो ना थोड़े ते मेरा एक सवाल है उम्र सौ साल हो वंजे ना ते बेवक्ते दुख आ वंजे धीयां पुत्र बिरा कोल होवन फितरत है जरा बुजुर्ग बुलाए जिस वेले दुख वत्सन ना हर औखी करवट ते रिश्तेदार भुल वैसन इको लफ्ज मुंह चो निकल सी भावे उम्र सौ साल होवे मुक्की हुई आवाज आसी अम्मा ओ मेरी गरीब ओ मेरी अल्लाह रसन अम्मा शिमरा दे जदा बारा जरबा मारिया गरीब उफ नहीं की थी तेरवी जरा मारी है गरीब दे लब लेना दे मैं कान ला के सुनिया त्रै मेरी आके अब्बास ओ मेरा शेर अब्बास मेरा लखा तू डेर अब्बास बिरा कला पिया मरी दई सोना पसंद दे दरियाओ दी कंदी तू आवाज तेरी चुप आ गई भाई मुरीद इजाजत है एक सत्र पढ़ा मैं साहब जी शबी है ना शबी ये शबी नहीं ये जनाजा है हुसैन जनाजा है तो जनाजे नाल जिम्मे रुमीद है ना अपना हक अदा करे आज तू पंजी साल पहले सुन के रोंदिया कर बलाओ च वंज के डिठा है जिथे लथा उथे कुठा नहीं जिथे कुठा उथे दफन उलमा कोलू पुछे वजह ते दसो उलमा वा दसे शबीर दी शहादत दे बाद आसिया मरियम हव्वा बीबी बतूला सारिया मिलियां पाक बतूल नहीं मिली मरियम आदि कुठे आए पुत्र नाल क्यों नाराज बीबी आदि नाराज कोई ना उधार मंगना
ਆਈ ਮਜ਼ਲੂਮ ਦੀ ਲਾਜ ਤੜਪੀ ਆਵਾਜ਼ ਆਏ ਅੰਮਾ ਤੇਰੀ ਜ਼ਾਤ ਤੇ ਮੈਨੂੰ ਸ਼ਿਕਵਾ ਜਿਹਨੇ ਮਾਤਮ ਕਰਨਾ ਮੇਰੀ ਜ਼ੈਣਾ ਦੀ ਮੈਂ ਔਖਾ ਪਾ ਲਿਆ ਮੇਰੀ ਜ਼ਾਤ ਤੇ ਕਿਹੜਾ ਸ਼ਿਕਵਾ ਸ਼ਬੀਰ ਕਰਵਟ ਬਦਲਦੇ ਬਦਲਦੇ ਮਾਂ ਦੇ ਪੈਰ ਚੁੰਕਿਆ ਦੇ ਤੂੰ ਮਾਲਕ ਕੁਲ ਦਰਿਆਵਾਂ ਦੀ ਮੈਂ ਪਾਣੀ ਮੰਗ ਕਰੋ ਮਾਤਮ ਮਾਫ ਕਰਾਂ ਚੌਦਾਂ ਸੌ ਸਾਲ ਹੋ ਗਏ ਸ਼ਬੀ ਦਾ ਇਤਰਾਮ ਕਰੇ ਜਦਾ ਹੁਸੈਨ ਲੈ ਗਿਆ ਘੋੜਾ ਦੇ ਮੈਂ ਪਾਸਾ ਲਾਵਾਂ ਮੇਰੀ ਕੰਢ ਤੇ ਚੜ ਸ਼ਬੀਰਾ ਦੇ ਕਿਲੇ ਵੈਸਿਆਂ ਦੇ ਨਜਫ ਫਰਮੈਂਦੇ ਪਿਉ ਦਾ ਸ਼ਾਇਰ ਨਜਫ ਨੇ ਲੈਵੇਂ ਦਾਵਤ ਕਿਨ ਲੈਵੇਂ ਨੇ ਮਦੀਨੇ ਇਮਾਮ ਫਰਮੈਂਦੇ ਮੇਰੀ ਮਦਦ ਕਰਨੀ ਹੈ ਜਿਹੜੇ ਮਾਤਮੀ ਹੋ ਮੇਰੀ ਮਦਦ ਕਰਨੀ ਹੈ ਮੈਂ ਤਰੁੱਟੀਆਂ ਹੋਈਆਂ ਬਾਹਾਂ ਤੇਰੇ ਗੱਲ ਚ ਪੈਣਾ ਮੌਲਾ ਕਿਤੇ ਲੈ ਵਾਂ ਘੋੜੇ ਦਾ ਮੂੰਹ ਚੁੰਕਿਆ ਦੇ ਗਿਨਵਾਂ ਜਾਂਦੀ ਹੁਣ ਮਸਲਾ ਸਾਡੇ ਮਤਲਬ ਚ ਮਾਤ ਸਮਝੇ ਜੈ ਕੁਸਾਲ 18